are now live. Hello folks, hello, hello, hello. ਥੋੜਾ ਜਿਹਾ ਲੇਟ ਹੋ ਗਿਆ, ਮੈਂ ਹੁਣੇ ਲਾਈਵ ਹੋਇਆ ਸੀਗਾ, ਥੋੜਾ ਜਿਹਾ ਲੇਟ ਹੋ ਗਿਆ, ਦੁਬਾਰਾ ਲਾਈਵ ਹੋਇਆ. ਹੈਲੋ ਹੈਲੋ ਜੀ, ਹੈਲੋ ਹੈਲੋ ਜੀ, ਹੈਲੋ. ਸੋਰੀ, ਉਹ ਮੈਨੂੰ ਲੱਗਾ ਸੀ ਸ਼ਾਰਟ ਛੇਤੀ ਹੋ ਜਾਣਾ, ਪਰ ਥੋੜਾ ਟਾਈਮ ਲੱਗ ਗਿਆ. ਹਾਂਜੀ, ਹੈਲੋ 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 ਹੈਲੋ. ਥੈਂਕ ਯੂ ਕਰਨ ਨੱਡੀਆਂ, ਆ ਗਈਆਂ ਬਲੈ ਤੋਂ ਅੰਗਰੇਜ਼ ਵੱਡੀਆਂ. ਹਾਂਜੀ, ਹੁਣ ਸਾਡਾ ਜਿਹੜਾ ਸ਼ੋਅ ਆ ਬਲੈਤ ਚ, ਉਹ ਅਗਲੇ ਮਹੀਨੇ ਹੋਣ ਵਾਲਾ ਮਈ ਦੇ ਵਿੱਚ ਸਾਡਾ ਬਲੈਤ ਸ਼ੋਅ ਹੈ. ਤੇ ਇੱਕ ਖੁਸ਼ਖਬਰੀ ਤੁਹਾਨੂੰ ਇਹ ਦੇਣੀ ਸੀ, ਲਾਸਟ ਟਾਈਮ ਜਦੋਂ ਸ਼ੋਅ ਹੋਇਆ ਸੀ ਉਦੋਂ ਇੱਕ ਪ੍ਰੋਬਲਮ ਆਈ ਸੀਗੀ ਕਿ ਡਾਂਸ ਨਹੀਂ ਸੀ ਕਰ ਹੋਇਆ ਕਈਆਂ ਤੋਂ, ਤੇ ਫਿਰ ਉਹ ਜਦੋਂ ਡਾਂਸ ਨਹੀਂ ਕਰ ਹੋਇਆ ਫਿਰ ਥੋੜਾ ਜਿਹਾ ਗੁੜਦੋਂ ਮੱਚ ਗਏ ਵੀ ਡਾਂਸ ਨਹੀਂ ਹੋਇਆ. ਤੇ ਇਸ ਵਾਰੀ ਵੈਂਬਲੇ ਲੰਡਨ ਦੇ ਵਿੱਚ, ਮੇਰੀ ਹੁਣੇ ਗੱਲ ਹੁੰਦੀ ਸੀ ਕਾਕਾ ਭਾਈ ਨਾਲ, ਸੋ ਇਹ ਜਿਹੜੀ ਇਨਫੋਰਮੇਸ਼ਨ ਦੇਣੀ ਉਹ ਜ਼ਰੂਰੀ ਸੀ. ਵੈਂਬਲੇ ਲੰਡਨ ਦੇ ਵਿੱਚ ਸਟੈਂਡਿੰਗ ਏਰੀਆ ਜਿੱਥੇ ਤੁਸੀਂ ਖੜ ਕੇ ਡਾਂਸ ਕਰ ਸਕਦੇ ਹੋ ਸਪੈਸ਼ਲੀ, ਤੇ ਉੱਥੇ ਕੋਈ ਨਹੀਂ ਰੋਕੂਗਾ. ਸਾਰੀ ਰਾਤ ਜਿਹੜਾ ਹੈਵੀ ਵੇਟ ਭੰਗੜਾ ਐਕਚੁਅਲ, ਉਹ ਤੁਸੀਂ ਵੈਂਬਲੇ ਲੰਡਨ ਜਿਹੜਾ ਅਰੀਨਾ ਆ, 26 ਮਈ ਨੂੰ ਸਾਡਾ ਉੱਥੇ ਸ਼ੋਅ ਆ. ਤੇ ਮੈਂ ਗਾਉਣੇ ਗਾਣੇ ਦੇ ਨਾਲੇ ਪਾਉਣੇ ਭੰਗੜੇ, ਤੇ ਤੁਸੀਂ ਵੀ ਨਾਲੇ ਪਾਉਣੇ ਭੰਗੜੇ. ਪੂਰੇ ਐਕਸਟੈਂਡਿੰਗ ਏਰੀਆ ਬਣਾਇਆ ਗਿਆ ਤੇ ਉਹਦੀਆਂ ਟਿਕਟਸ ਔਨ ਹੋ ਗਈਆਂ, ਜਿਹੜੀਆਂ ਡਾਂਸਿੰਗ ਵਾਲੀਆਂ ਟਿਕਟਾਂ, ਭੰਗੜੇ ਵਾਲੀਆਂ. ਸੋ ਹੈਵੀ ਵੇਟ ਭੰਗੜਾ ਟਿਕਟਸ ਜਿਹੜੀਆਂ ਉਹ ਔਨ ਏਅਰ ਹੋ ਗਈਆਂ ਵੈਂਬਲੇ ਅਰੀਨਾ ਦੇ ਵਿੱਚ. ਇਹ ਕੀ ਕਹਿੰਦੇ ਹੁੰਦੇ, ਸੁਵਿਧਾ ਅਵੇਲੇਬਿਲਟੀ ਜਿਹੜੀ ਅਵੇਲੇਬਲ ਆ, ਤੇ ਤੁਸੀਂ ਮੌਕੇ ਦਾ ਫਾਇਦਾ ਜਿਹੜਾ ਉਹ ਚੱਕ ਲਓ ਤੇ ਆਪਦੀਆਂ ਟਿਕਟਾਂ ਲੈ ਲਓ. ਉੱਥੋਂ ਇੱਕ ਤਾਂ ਵਿਊ ਨੇੜੇ ਆ, ਦੂਜਾ ਸਾਰੀ ਰਾਤ ਤੁਸੀਂ ਉੱਥੇ ਭੰਗੜਾ ਪਾ ਸਕਦੇ, ਕੋਈ ਤੁਹਾਨੂੰ ਰੋਕ ਨਹੀਂ ਸਕਦਾ. ਕਈ ਵਾਰੀ ਇਹ ਹੁੰਦਾ ਕਿ ਜਾਂ ਕਈ ਬੰਦੇ ਡਾਂਸ ਕਰਨਾ ਚਾਹੁੰਦੇ, ਕੋਈ ਬਹਿ ਕੇ ਸੁਣਨਾ ਚਾਹੁੰਦੇ ਆ, ਤਾਂ ਇੱਕ ਡਾਂਸ ਕਰਨ ਨੂੰ ਅੱਡ ਸੈਕਸ਼ਨ ਬਣਾ ਦਿੱਤਾ ਗਿਆ. ਮੂਹਰੇ ਤੁਸੀਂ ਨੱਚੋ ਜਿੰਨਾ ਮਰਜ਼ੀ, ਖਾਰੂ ਪੱਟੋ, ਕੋਈ ਟੈਨਸ਼ਨ ਨਹੀਂ. ਓਕੇ ਗਾਇਸ, ਇੰਨੀ ਗੱਲ ਮੈਂ ਜਿਹੜੀ ਤੁਹਾਨੂੰ ਦੱਸਣੀ ਸੀਗੀ. ਜਿਹੜੇ ਲਾਈਵ ਨਹੀਂ ਸੁਣ ਸਕੇ ਉਹ ਵੀਡੀਓ ਹੋ ਜਾਣੀ ਆ ਪੋਸਟ, ਤੁਸੀਂ ਸੁਣ ਲਿਓ. ਤੇ ਜਿਹਨਾਂ ਨੇ ਲਾਈਵ ਸੁਣ ਲਿਆ ਉਹਨਾਂ ਨੂੰ ਬਹੁਤ ਬਹੁਤ ਪਿਆਰ. ਤੇ ਥੈਂਕ ਯੂ ਗਾਇਸ, ਆਈ ਲਵ ਯੂ ਸੋ ਮਚ. ਸਾਡਾ ਹੋ ਗਿਆ ਸ਼ੂਟ ਫਿਨਿਸ਼, ਤੇ ਹੁਣ ਜਾ ਕੇ ਲਾਉਂਦੇ ਹਾਂ ਪੂਲ 'ਚ ਤਾਰੀਆਂ. ਤੇ ਅਗਲੇ ਮਹੀਨੇ